ਜੀ ਕਾ ਖਾਲਸਾ ਵਾਹਿਗੁਰ ਜੀ ਫਤਿਹ ਭਾਅ ਜੀ। ਚਲੋ ਜੀ, ਚਲੋ ਜੀ, ਅਗਲਾ ਦਿਨ ਹੈ ਜੀ, ਅਸੀਂ ਗੁਜਰਾਤ ਆਏ ਹੋਏ ਹਾਂ ਜੀ, ਅਹਿਮਦਾਬਾਦ, ਅਤੇ ਇੱਕ ਚੀਜ਼ ਤੁਹਾਨੂੰ ਦਿਖਾਉਣੀ ਸੀ। ਸਾਡੇ ਪਰਮਵੀਰ ਨੇ ਨਾ ਇਟੈਲੀਓਸ ਪੀਜ਼ਾ, ਉਹਦੀ ਫਰੈਂਚਾਈਜ਼ੀ ਲਈ ਹੋਈ ਆ, ਦੋ ਦੋ ਵੀ ਦੋ ਹੈ ਨਾ, ਅਭੀ ਹੋਰ ਦੋ ਤਿੰਨ ਲੈ ਰਿਹਾ, ਇੱਕ ਹੋਰ ਤਿੰਨ, ਹਾਂ ਇੱਕ ਹੋਰ ਲੈ ਰਿਹਾ, ਅਤੇ ਉਹ ਹੈਗੀ ਇਹ ਕਿਹੜਾ ਏਰੀਆ, ਇਹ ਖੋਖਰਾ, ਖੋਖਰਾ ਇਹ ਜਿਹੜਾ ਹੈਗਾ ਅਹਿਮਦਾਬਾਦ ਹੀ ਹੈ ਨਾ, ਅਹਿਮਦਾਬਾਦ ਦੇ ਵਿੱਚ ਖੋਖਰਾ ਸਰਕਲ। ਅਤੇ ਉਹ ਦੇਖੋ ਜੀ ਇਟੈਲੀਓਸ ਜਿਹੜਾ ਹਰੇ ਰੰਗ ਦਾ, ਕਿਉਂ ਮੂੰਹ 'ਚ ਪਾਣੀ ਲਿਆਣ ਦਿਓ ਸਾਡੇ, ਬਹੁਤ ਸੋਹਣਾ ਇਨਵਾਇਰਮੈਂਟ, ਸਾਰਾ ਜਿਹੜਾ ਐਟਮੋਸਫੇਅਰ ਬਣਾਇਆ ਨਾ, ਬੜਾ ਸਾਫ ਸੁਥਰਾ। ਕੱਲ੍ਹ ਜਿਹੜਾ ਮਨੀ ਨਗਰ ਵਿਖੇ ਜਿਹੜੀ ਬ੍ਰਾਂਚ ਹੈਗੀ ਹੈ ਨਾ, ਉਹਦੀ ਪ੍ਰੋਪਰ ਜਿਹੜੀ ਹੈ ਗ੍ਰੈਂਡ ਓਪਨਿੰਗ ਕੱਲ੍ਹ ਹੋਣ ਜਾ ਰਹੀ ਹੈ, ਕੱਲ੍ਹ ਤੋਂ ਭਾਵ 31 ਮਾਰਚ, 31 ਮਾਰਚ ਨੂੰ ਉੱਥੇ ਮਹਾਰਾਜ ਦੀ ਕਿਰਪਾ ਨਾਲ ਅਰਦਾਸ ਕਰਾ ਕੇ ਇਹਨਾਂ ਨੇ, ਅਤੇ ਉਹ ਮਨੀ ਨਗਰ ਵਾਲੀ ਜਿਹੜੀ ਬ੍ਰਾਂਚ ਹੈਗੀ ਹੈ ਇਟੈਲੀਓਸ ਦੀ, ਉਹ ਖੁੱਲ੍ਹੇਗੀ, ਅਤੇ ਤੁਸੀਂ ਸੰਗਤਾਂ ਵੀਰੇ ਨੂੰ ਅਸੀਸਾਂ ਦੇਣਾ, ਇਸੇ ਤਰ੍ਹਾਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹਿਣ ਅਤੇ ਅੱਛੀ ਕੁਆਲਿਟੀ ਪੇਸ਼ ਕਰਨ ਸਾਰਿਆਂ ਨੂੰ। ਆਹ ਦੇਖੋ ਜੀ ਚੀਫ ਗੈਸਟ ਕੌਣ ਆ, ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਮੈਨੂੰ ਪਤਾ ਹੀ ਨਹੀਂ ਸੀਗਾ ਕਿ ਮੈਂ ਚੀਫ ਗੈਸਟ ਹਾਂ, ਚੀਫ ਗੈਸਟ ਨੂੰ ਨਹੀਂ ਪਤਾ। ਇਹ ਤੁਸੀਂ ਖਿਆਲ ਰੱਖਿਓ ਜੀ, ਇੱਕ ਬ੍ਰਾਂਚ ਹੈਗੀ ਆਪਣੀ ਖੋਖਰਾ ਸਰਕਲ ਅਤੇ ਦੂਜੀ ਹੈਗੀ ਮਨੀ ਨਗਰ ਵਿੱਚ। ਛਕੋ ਕਿਆ ਬਾਤ ਹੈ ਭਾਅ ਜੀ, ਮੁਬਾਰਕਾਂ ਤੁਹਾਨੂੰ ਬਹੁਤ। ਥੈਂਕ ਯੂ। It's all about pizza. ਲਓ ਜੀ, ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਗਾਈ ਹੈ ਇਹਨਾਂ ਦਾ, ਜਿਹੜਾ ਨਮਕੀਨ ਵਗੈਰਾ ਜਿਹੜਾ ਨਾਸ਼ਤਾ ਗੁਜਰਾਤੀ ਨਾਸ਼ਤਾ ਹੁੰਦਾ ਨਾ, ਉਹ ਵੀ ਅੱਛਾ ਹੁੰਦਾ, ਅਸੀਂ ਕਿਹਾ ਵੀ ਚਲੋ ਇੱਥੇ ਮਾੜਾ ਮਾੜਾ ਮੂੰਹ ਮਾਰ ਲੈਂਦੇ ਹਾਂ। ਉੱਦਾਂ ਨਾ ਗੁਜਰਾਤ ਦੇ ਵਿੱਚ ਲੋਕ ਮਿੱਠਾ ਬਹੁਤ ਪਸੰਦ ਕਰਦੇ, ਪਰ ਇਹਨਾਂ ਦੀ ਜਲੇਬੀ ਗੱਡੀ ਹੁੰਦੀ ਹੈ, ਜਲੇਬੀ ਸਾਡੇ ਪੰਜਾਬ ਵਾਲਿਆਂ ਨੇ ਬਣਾਉਣੀ ਆਉਂਦੀ ਹੈ, ਇਹ ਸੱਚ ਗੱਲ। ਬਾਕੀ ਸਾਰਾ ਜਲਦੀ ਬਣਾ ਲਓ ਵਲੌਗ, ਚਟਨੀ ਹੋਣੀ ਬਣੇ ਨਹੀਂ, ਚਟਨੀ ਹੋਣੀ, ਚਟਨੀ ਚਟਨੀ ਆ ਰਹੀ ਹੈ, ਤੁਹਾਨੂੰ ਚਟਨੀ ਲੈ ਕੇ ਆ, ਹਾਂਜੀ ਲੈ ਕੇ, ਬਸ ਇੱਕ ਦੋ ਆਈਟਮ ਹੋਰ ਆ ਰਹੀਆਂ ਇਹਦੇ ਨਾਲ, ਚਟਨੀ ਕਿਆ ਬਾਤ, ਲਓ ਜੀ ਇਹ ਵੀ ਛੱਕ ਰਿਹਾ ਥੋੜ੍ਹਾ ਥੋੜ੍ਹਾ, ਪਰ ਅੱਜ ਸਿਰਫ ਸਾਡਾ ਨਾ ਖਾਣ ਪੀਣ ਦਾ ਦਿਨ ਹੈ, ਅਤੇ ਸਵੇਰ ਦੇ ਬਸ ਅਸੀਂ ਕਦੀ ਇੱਦਾਂ ਦੀ ਗੁਜਰਾਤੀ ਚੀਜ਼ਾਂ ਖਾਵਾਂਗੇ ਅਤੇ ਪੀਜ਼ਾ ਆਪਾਂ ਖਾਵਾਂਗੇ ਸ਼ਾਮੀ, ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਕਿਤੇ ਹੋਰ ਖਾਣ ਪੀਣ ਲਈ, ਮਤਲਬ ਖਾ ਹੀ ਜਾਣਾ ਅੱਜ ਅਸੀਂ, ਕਹਿੰਦਾ ਮੈਂ ਖਵਾਈ ਜਾਣਾ, ਮੈਂ ਕਿਹਾ ਖਵਾਈ ਜਾ, ਅੱਜ ਤੋਂ ਦੇਖੀ ਜਾਏਗੀ, ਇਸ ਲਈ ਅਸੀਂ ਨਾ ਸਵੇਰੇ ਬ੍ਰੇਕਫਾਸਟ ਨਹੀਂ ਕੀਤਾ, ਅਸੀਂ 12:30 ਵਜੇ ਅੱਜ ਖਾਣ ਲਈ ਸ਼ੁਰੂ ਹੋਏ ਹਾਂ, ਭਾਵੇਂ ਥੋੜ੍ਹਾ 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 ਖਾਈਏ, ਸਾਢੇ 12 ਵਜੇ ਤੱਕ ਖਾਵਾਂਗੇ ਰਾਤੀ, ਆ ਕੀਰਤਨ ਤੋਂ ਬਾਅਦ ਵੀ ਖਾਵਾਂਗੇ, ਕੀਰਤਨ ਤੋਂ ਪਹਿਲਾਂ ਵੀ ਖਾਵਾਂਗੇ, ਅੱਜ ਖਾਈ ਜਾਣਾ ਬਸ, ਅੱਜ ਤੁਸੀਂ ਦੇਖਿਓ, ਅੱਜ ਤੁਸੀਂ ਕਹਿੰਦੇ ਹੋ ਅਸੀਂ ਖਾਂਦੇ ਨਹੀਂ ਗਏ, ਦੇਖਿਓ
ਮੂੰਹ ਬੰਦ ਕਰ ਦੇਣੇ ਸਾਰਿਆਂ ਦੇ। ਲਓ ਜੀ ਹੁਣ ਇੱਥੇ ਪਹੁੰਚੇ ਹਾਂ ਜੀ ਅਸੀਂ ਹੋਟਲ ਮੈਰੀਅਟ ਖਾਣਾ ਖਾਣ ਲਈ। ਲਓ ਜੀ ਇਹ ਥਾਈ ਸੂਪ ਜਿਹਨੂੰ ਕਹਿੰਦੇ ਆਪਾਂ ਖਾਓ ਸੂਏ। ਇਹ ਨਾਰੀਅਲ ਦੇ ਦੁੱਧ ਦਾ ਬਣਦਾ, ਕੋਕੋਨਟ ਮਿਲਕ। ਇਹ ਸਾਨੂੰ ਸਾਰਿਆਂ ਨੂੰ ਸਵਾਦ ਲੱਗਦਾ ਇਹ ਸੂਪ ਕਰਕੇ ਅਸੀਂ ਮੈਰੀਅਟ ਹੋਟਲ ਆਉਂਦੇ ਹਾਂ। ਲਓ ਜੀ ਅੱਜ ਮੇਰਾ ਨਹੀਂ ਜੀ ਕਰ ਰਿਹਾ ਮਿੱਠਾ ਖਾਣ ਦਾ, ਭਾਈ ਸਾਹਿਬ ਦਾ ਕਰ ਰਿਹਾ। ਹਾਂਜੀ ਦੱਸੋ। ਮੈਂ ਤਾਂ ਮਾੜਾ ਜਾ ਗਿਆ, ਮੈਂ ਕਿਹਾ ਨਹੀਂ ਮਾੜਾ ਨਹੀਂ, ਇਸ ਤੋਂ ਪਹਿਲਾਂ ਮੈਂ ਰਿਕਾਰਡ ਕਰਨਾ ਭੁੱਲ ਗਿਆ, ਬਹੁਤ ਅੰਦਰੋਂ ਆਇਆ ਸੀਗਾ ਮਿੱਠਾ। ਮਿੱਠਾ ਹੁੰਦਾ ਕਹਿੰਦਾ, ਮਿੱਠਾ ਮਾੜਾ ਨਹੀਂ ਹੁੰਦਾ। ਸਹੀ ਗੱਲ, ਮਿੱਠਾ ਚੰਗਾ ਹੁੰਦਾ। ਸੋ ਕੋਈ ਨਹੀਂ, ਥੋੜ੍ਹਾ ਜਿਹਾ ਅੱਜ ਮਿੱਠਾ ਖਾ ਲੈਂਦੇ ਹਾਂ। ਚਲੋ ਮੈਂ ਸਿਮਰਨ ਦੇ ਨਾਲ ਤੁਰਿਆ ਫਿਰਦਾ, ਮੇਰਾ ਵੀ ਅੱਜ ਮਿੱਠਾ ਖਾਣ ਨੂੰ ਜੀ ਕਰ ਪਿਆ ਬੜੇ ਦਿਨਾਂ ਬਾਅਦ। ਬਹੁਤ ਦਿਨਾਂ ਬਾਅਦ, ਵਾਹ 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 ਵਾਹ। ਚਲੋ ਅੱਜ ਫਿਰ ਭਾਈ ਸਾਹਿਬ ਨੇ ਕਿਹਾ ਤੇ ਮੈਂ ਵੀ ਆਪਣਾ ਮੂਡ ਬਣਾ ਹੀ ਲੈਣਾ। ਗੁਜਰਾਤ ਆਏ ਆ, ਮਿੱਠਾ ਤਾਂ ਖਾਣਾ ਚਾਹੀਦਾ। ਇਹ ਤਾਂ ਹੈ, ਵਾਹ। ਲਓ ਜੀ ਭਾਈ ਸਾਹਿਬ ਮਿੱਠਾ ਲੱਭਦੇ ਹੋਏ ਆਪਣੇ ਮਤਲਬ ਦਾ। ਓ ਹੋ ਵਾਹ ਮਹਾਰਾਜ, ਜਦੋਂ ਮੰਗ ਵੀ ਚੀਜ਼ ਪਾਈ ਦੀ ਨਾ, ਕਈ ਵਾਰੀ ਜ਼ਿਆਦਾ ਜੱਜ ਜਾਂਦੀ ਹੁੰਦੀ। ਨਹੀਂ ਮੈਂ ਤਾਂ ਕਹਿਣ ਲੱਗਾ ਕਿ ਭਾਈ ਸਾਹਿਬ ਮਿੱਠਾ ਲੱਭ ਰਹੇ ਹੋ, ਤੁਸੀਂ ਬੜੇ ਮਾੜੇ ਤਿਆਰ ਸ਼ਿਆਰ ਹੋ ਕੇ ਮਿੱਠਾ ਲੱਭ ਰਹੇ ਹੋ। ਇੱਦਾਂ ਲੱਭਣਾ ਨਹੀਂ, ਐਨਕ ਲਾਉਣੀ ਪੈਣੀ ਲੱਭੇਗਾ। ਤੁਸੀਂ ਗੁਜੀਏ ਆਹ ਦੇਖੇ ਹੋਣੇ ਨਾ, ਦੇਖੋ ਕਲਰ, ਹਾਂ ਗੂੜੇ ਗੁਜੀਏ। ਆਹ ਤੁਹਾਨੂੰ ਫਿੱਕੇ ਗੁਜੀਏ ਵੀ ਦਿਖਾਉਣੇ ਆ, ਜ਼ਿਆਦਾ ਬਸ ਆਹ ਚੈੱਕ ਕਰੋ ਰੰਗ ਬਿਰੰਗੇ ਫਿੱਕੇ ਗੁਜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜੀ ਚੱਲੇ ਆ ਜੀ ਕੀਰਤਨ ਤੇ, ਸ਼ਾਮ ਦਾ ਵੇਲਾ, ਮਹਾਰਾਜ ਕਿਰਪਾ ਕਰਨ, ਸਿਰ ਤੇ ਹੱਥ ਰੱਖ ਕੇ ਆਪ ਕੀਰਤਨ ਦੀ ਹਾਜ਼ਰੀ ਦੀ ਸੇਵਾ ਲੈ ਲੈਣ ਜੀ। ਚੱਲਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਚੱਲੀਏ ਜੀ, ਚਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵੇਰ ਦਾ ਵੇਲਾ ਜੀ, ਅਤੇ ਅਸੀਂ ਆਏ ਹੋਏ ਹਾਂ ਜੀ ਗੁਜਰਾਤ ਅਹਿਮਦਾਬਾਦ, ਅਤੇ ਕੀਰਤਨ 'ਤੇ ਜਾ ਰਹੇ ਹਾਂ। ਉਸ ਤੋਂ ਪਹਿਲਾਂ ਜੀ ਲੰਗਰ ਪਾਣੀ ਛੱਕ ਕੇ ਅਸੀਂ ਫਿਰ ਨਿਕਲਾਂਗੇ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਿੰਘ ਵੀ ਚੱਕਦੇ ਪਏ ਨੇ। ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਖ ਰਿਹਾ ਸੀਗਾ
ਆ ਚਟਨੀ ਲਾਲ ਬਹੁਤ ਆ, ਇਹ ਹੈ ਕਾਹਦੀ ਆ ਇਹ ਚਟਨੀ ਹੈਗੀ ਹੈ ਜੈਮ? ਜੈਮ ਹੈ ਜੀ ਚਟਨੀ ਦੀ। ਅੱਛਾ ਜੈਮ, ਦੂਰੋਂ ਚਟਨੀ ਨਜ਼ਰ ਆ ਰਹੀ, ਮੈਂ ਖਾਰੀ ਬੀਟਰੂਟ ਦੀ ਚਟਨੀ ਬਣਾਈ ਹੋਈ ਹੈ। ਉਹ ਪੇਸ਼ਕਾਰੀ ਇੱਦਾਂ ਦੀ ਕੀਤੀ ਉਹਨਾਂ ਨੇ, ਇੱਦਾਂ ਲੱਗ ਰਿਹਾ ਸੀਗਾ ਕਿ ਚਟਨੀ ਹੈ। ਚਲੋ ਭੁਲੇਖੇ ਦੀ ਗੱਲ, ਪਹੁੰਚ ਗਏ ਅੱਜ ਗੁਰਦੁਆਰਾ ਸਾਹਿਬ, ਚਲੀਏ। ਗੁਣ ਗਾਵਾਂ ਦਿਨ ਰਹਿ ਕੇ ਤੇ ਕੰਮ ਲਾਏ, ਸੰਤ ਜਨਾ ਕੇ ਸੰਗ ਲਓ ਜੀ ਅਸੀਂ ਪਹੁੰਚ ਗਏ ਜੀ ਇਟਾਲੀਓਸ ਪੀਜ਼ਾ, ਅੱਜ ਇਹਦੀ ਓਪਨਿੰਗ ਹੈ ਜੀ, ਅਤੇ ਪਰਮਵੀਰ ਸਿੰਘ ਨੂੰ ਵਧਾਈਆਂ ਦਿਓ ਜੀ ਸਾਰੇ। ਵਧਾਈਆਂ ਜੀ। ਇਹ ਦੂਜਾ ਜੀ ਇਹ ਇਟਾਲੀਓਸ ਪੀਜ਼ਾ ਜਿਹੜਾ ਮਣੀ ਨਗਰ 'ਚ ਖੁੱਲ੍ਹਿਆ, ਤੁਹਾਨੂੰ ਦੱਸਿਆ ਸੀਗਾ ਕੱਲ੍ਹ, ਜਿਹੜੇ ਪੀਜ਼ਾ ਖਾਣ ਦੇ ਸ਼ੌਕੀਨ ਹੈਗੇ ਨੇ, ਵਧੀਆ ਪੀਜ਼ਾ, ਸਵਾਦ ਪੀਜ਼ਾ, ਕੁਆਲਿਟੀ ਵਾਲਾ, ਉਹ ਇੱਥੇ ਆ ਕੇ ਖਾਓ ਜੀ, ਕਿਉਂਕਿ ਅਸੀਂ ਵੀ ਖਾਣ ਲੱਗੇ ਹਾਂ। ਕੱਲ੍ਹ ਨਹੀਂ ਖਾਧਾ ਸੀ ਮੈਂ ਕਿਹਾ, ਅੱਜ ਖਾਂਦੇ ਹਾਂ। ਸਾਡੇ ਪਰਮਜੀਤ ਭੈਣ ਜੀ ਛਾਬੜਾ ਜੀ ਬਹੁਤ ਪਿਆਰ ਵਾਲੇ, ਸਿੱਖ ਫਾਊਂਡੇਸ਼ਨ ਦੇ ਮੇਨ ਇਹੀ ਕਰਤਾ ਧਰਤਾ ਨੇ, ਅਤੇ ਅੱਜ ਭੈਣ ਜੀ ਇੱਥੇ ਚੀਫ ਗੈਸਟ ਬਣ ਕੇ ਆਏ ਨੇ। ਭੈਣ ਜੀ ਕੋਲ ਆਪਾਂ ਰਿਬਨ ਕਟਵਾਉਣਾ ਅੱਜ ਇਟਾਲੀਅਨ ਪੀਜ਼ਾ ਦਾ। ਨਹੀਂ ਨਹੀਂ ਅਸੀਂ ਨਾਲ ਹੀ ਹਾਂ, ਪਰ ਅਸੀਂ ਛੋਟੇ ਹਾਂ, ਭੈਣ ਜੀ ਕੋਲ ਕਟਾਵਾਂਗੇ ਆਪਾਂ। ਨਹੀਂ ਚਲੋ, ਪਿਆਰ ਹੈ, ਇਹ ਸਤਿਕਾਰ ਹੈ, ਭੈਣ ਜੀ ਇਸ ਘਰ ਦੇ ਵੱਡੇ ਨੇ ਅਤੇ ਸਾਰੇ ਸਤਿਕਾਰ ਕਰਦੇ ਆ। ਗੋਬੀ ਸਿੰਘ, ਹੈਲੋ ਗੋਬੀ ਸਿੰਘ, ਸੋਨਿਹਾਰ ਜੈ ਜੈ ਦੇਖੇ। ਚਲੋ ਜੀ, ਬੜੇ ਸੋਨਿਹਾਰ ਵੈਲਕਮ ਜੀ ਸਾਰਿਆਂ ਨੂੰ। ਸਾਫ ਸੁਥਰਾ ਸਫਾਈ ਦਾ ਬਹੁਤ ਖਿਆਲ ਰੱਖਿਆ ਗਿਆ, ਇਹ ਜ਼ਰੂਰੀ ਹੁੰਦਾ। ਕਹਿੰਦੇ ਪਹਿਲਾਂ ਕਿਚਨ 'ਚ ਵੜ ਕੇ ਦੇਖ ਲੈਣਾ ਚਾਹੀਦਾ ਕੀ ਹਾਲ ਹੈ, ਪਰ ਬਹੁਤ ਕਿਰਪਾ, ਬਹੁਤ ਸਫਾਈ ਤਰੀਕੇ ਨਾਲ ਬਣਾ ਰਹੇ ਹੈ। ਹਵਨ ਦੇਖੋ ਕਿੱਡਾ ਵੱਡਾ, ਹਾਂ
ਹਾਂ ਜੀ ਭਾਈ ਸਾਹਿਬ ਕਰਿਓ ਇੱਕ ਪੈਸੇ ਕੱਢਣ ਲਈ ਬੈਠਾ ਹੋਇਆ ਕਰਿਓ ਪੀਜ਼ਾ ਇੱਕ ਅੱਜ ਅੱਜ ਜਿੰਨੀ ਮਾਇਆ ਆਏਗੀ ਆਪਾਂ ਜਿਵੇਂ ਪਾ ਕੇ ਨਿਕਲ ਜਾਣਾ ਗੁੱਡ ਟਾਈਮਸ ਕਾਲ ਫੋਰ ਪੀਜ਼ਾ ਮੈਂ ਨੀਂਦ ਪੂਰੀ ਕਰ ਲਈ ਆਪਣੀ ਜੀ ਤੇ ਅਸੀਂ ਪਹੁੰਚ ਗਏ ਆ ਜੀ ਕੈਮਰਾ ਟੇਢਾ ਹੋ ਗਿਆ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬੱਚੇ ਕੀ ਹਾਲ ਚਾਲ ਠੀਕ ਆ ਵਾਹ ਮੈਂ ਇੰਨਾ ਰੱਜਿਆ ਸੀਗਾ ਨਾ ਹਾਂ ਚੀਜ਼ ਐਸੀ ਮੋਹਰੇ ਆ ਗਈ ਤੇ ਮੈਂ ਭੁੱਲ ਗਿਆ ਮੈਂ ਰੱਜਿਆ ਫਿਰ ਜਗ੍ਹਾ ਪਾ ਗਈ ਲੋ ਸੰਗਤ ਜੀ ਗੱਲ ਇਹ ਆ ਵੀ ਆਮ ਰਸ ਜਿਹੜਾ ਨਾ ਇਹ ਸਿਮਰਨ ਦੀ ਕਮਜ਼ੋਰੀ ਬਣਦਾ ਜਾ ਰਿਹਾ ਇਹ ਆਮ ਰਸ ਆਮ ਨੀ ਐਨ ਦਿਲੇ ਖਾਸ ਹੋ ਗਿਆ ਜ਼ਿਆਦਾ ਨੀ ਮੇਰਾ ਚੱਲ ਜਾਂਦਾ ਜ਼ਿਆਦਾ ਹੈਗਾ ਕਹਿੰਦਾ ਮੈਂ ਬੜਾ ਫੁੱਲ ਹਾਂ ਮੇਰੇ ਨਾਲ ਜਗ੍ਹਾ ਨੀ ਹੈਗੀ ਹੈ ਤੇ ਵੀਰ ਜੀ ਲੈ ਕੇ ਆਏ ਨਾ ਜਦੋਂ ਆਮ ਰਸਤੇ ਵਿਚਾਰੇ ਦੇ ਆਹ ਹੀ ਨਿਕਲ ਗਈ ਵਿੱਚੋਂ ਸਿਮਰਨ ਰਾਊਂਡ 2 ਆ ਗਿਆ ਕਹਿੰਦੇ ਛਕਲਾ ਮੰਨ ਗਿਆ ਵੀ ਚਲੋ ਆਹ ਦੇਖੋ ਇੱਧਰ ਲੱਗਾ ਜੀ ਯਾਰ ਕੋਈ ਤਾਂ ਸੂਰਾ ਆਓ ਆਮ ਰਸ ਇੰਨਾ ਸਵਾਦ ਹੈ ਕਿ ਮਤਲਬ ਛੱਕੀ ਆ ਰਹੇ ਨੇ ਸਾਰੇ ਹਾਫ 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 ਕਰਕੇ ਇਹ ਚਲੋ ਹਾਫ ਹਾਫ ਕਰਕੇ ਇੱਕ ਵਾਰੀ ਫਿਰ ਲੈ ਲਿਓ ਹਾਫ ਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ।